ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟਫੋਨ ਵੰਡਣ ਦੀ ਯੋਜਨਾ ਤੇ ਕਿਹਾ ਕਿ ਕੈਪਟਨ ਸਾਹਿਬ ਠੱਗੀ ਮਾਰਨ ਦੇ ਵਿੱਚ ਨੇ ਐਕਸਪਰਟ ਬਣਾ ਲੈਣ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੇ ਦਿੱਤੇ ਹੋਰ ਬਿਆਨ। ਕੈਪਟਨ ਸਾਹਿਬ ਠੱਗੀ ਮਾਰਨ ਤੇ ਮਤਲਬ ਐਕਸਪਰਟ ਹੈ, ਇਹਨਾਂ ਨੂੰ ਗਿਨੀਜ਼ ਬੁੱਕ ਆਫ ਵਰਲਡ ਬਣਾ ਲੈਣ। ਪਹਿਲੇ ਤੇ ਕਹਿੰਦੇ ਸੀ 70,000 ਕਰੋੜ ਕਰਜ਼ਾ ਮਾਫ਼ ਕਰੂੰਗਾ, 3,000 ਕੀਤਾ, ਫਿਰ ਕਹਿੰਦੇ ਸਾਰੇ ਨੌਜਵਾਨਾਂ ਨੂੰ ਮੋਬਾਈਲ ਦਊਂਗਾ, ਤੁਸੀਂ ਵੀ ਬੈਠੇ ਸੀ, ਹੁਣ ਕਹਿੰਦੇ ਇਕੱਲੇ ਜਿਹੜੇ ਗ੍ਰੈਜੂਏਟ ਕਰਨੇ ਕਿਹੜੇ ਐਫੀਡੇਵਿਟ ਦੇਣਗੇ ਕਿ ਮੇਰੇ ਕੋਲ ਮੋਬਾਈਲ ਹੈ ਨਹੀਂ। ਝੂਠ ਬੁਲਾਉਣਾ ਸਾਰਿਆਂ ਤੋਂ, ਨੌਜਵਾਨਾਂ ਨੂੰ ਅੰਦਰ ਕਰਾਉਣਾ ਹੈ। ਕਿਹੜਾ ਕਿਹੜਾ ਨੌਜਵਾਨ ਹੈ ਜਿਹਦੇ ਕੋਲ ਸਮਾਰਟਫੋਨ ਨਹੀਂ ਹੈ? ਐਵੇਂ ਝੂਠ ਦੀ ਪੰਡ ਹੈ। ਕੈਪਟਨ ਸਾਹਿਬ ਸੁੱਤੇ ਰਹਿੰਦੇ ਆ, ਠੰਡ ਲੱਗਦੀ ਹੈ, ਮੈਂ ਹੁਣ ਕਿਹਾ ਉੱਠ ਖੜੋ, 2 ਸਾਲ ਹੋ ਗਏ ਸੁੱਤੇ ਪਏ। ਅਕਾਲੀ ਦਲ ਤੋਂ ਸਾਬਕਾ ਕੈਬਨਿਟ ਮੰਤਰੀ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਆਈਫੋਨ ਦੇਣ ਦੀ ਵਿਵਸਥਾ ਕਰਨੀ ਚਾਹੀਦੀ ਹੈ ਤੇ ਦਿੱਤੇ ਹੋਰ ਵੱਡੇ ਬਿਆਨ। ਦੇਖੋ, ਇਹਨਾਂ ਨੇ ਮੋਬਾਈਲ ਨਹੀਂ ਦੇਣਾ, ਮੈਂ ਤਾਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰੂੰਗਾ, ਜਾਂ ਤਾਂ ਇਹ ਦੇਣ ਆਈਫੋਨ ਜਿਹੜੇ ਆਪ ਇਹ ਵਜ਼ੀਰ ਵਰਤਦੇ ਆ, ਜੇ ਤਾਂ ਦੇਣਗੇ ਦੂਜੇ ਕੋਈ ਘਟੀਆ ਫੋਨ, ਕਿਸੇ ਦੇ ਕੰਨ 'ਚ ਬਲਾਸਟ ਹੋ ਜੂ, ਪਾਟ ਜੂ ਬੈਟਰੀ, ਆਪ ਦਾ ਨੁਕਸਾਨ ਵੀ ਕਰਾਉਂਗੇ ਇਹਨਾਂ ਦੇ ਫੋਨ ਦੇ ਚੱਕਰ 'ਚ। ਇਹਨਾਂ ਨੂੰ ਕਹਿਓ ਆ ਫੋਨ ਤੁਸੀਂ ਰੱਖ ਲਓ, ਵਜ਼ੀਰ ਤੇ ਮੁੱਖ ਮੰਤਰੀ ਜਿਹੜਾ ਆਈਫੋਨ ਵਰਤਦਾ ਉਹ ਸਾਨੂੰ ਦੇ ਦਿਓ। ਉਹ ਜੀ ਦੇਣਾ ਕੱਖ ਨਹੀਂ ਇਹਨਾਂ ਨੇ, ਇਹ ਤਾਂ ਇਕੱਲਾ ਇਲੈਕਸ਼ਨ ਦਾ ਸਟੰਟ ਹੈ। ਬੁੱਧ ਸਿਓ ਨੂੰ ਪੁੱਛੋ, ਜਿਵੇਂ ਉਹਦਾ ਕਰਜ਼ਾ ਮਾਫ਼ ਕੀਤਾ ਨਾ, ਉਹੋ ਜਿਹਾ ਮੋਬਾਈਲ ਫੋਨ ਹੈ। ਮਗਰ ਮੈਂ ਬੇਨਤੀ ਕਰਦਾ ਕਿ ਤੁਹਾਡੀ ਸਿਹਤ ਲਈ ਹਾਨੀਕਾਰਕ ਹੋਊਗਾ, ਇਹਦਾ ਕੋਈ ਪਤਾ ਨਹੀਂ ਹੈ। ਕਾਂਗਰਸੀ ਮੋਬਾਈਲ ਉਹੋ ਜਿਹਾ ਹੋਊ, ਕਦੋਂ ਤੁਹਾਡੇ ਕੰਨ 'ਚ ਪਾੜ ਸਕਦਾ, ਇਹਦਾ ਕੋਈ ਭਰੋਸਾ ਨਹੀਂ, ਨਾ ਵਰਤਿਓ।